ਸਕੱਤਰੀ ਵਿਭਾਗ ਵਿੱਚ 530 ਮੁਲਾਜ਼ਮਾਂ 'ਚੋਂ ਲਗਭਗ 80 ਮੁਲਾਜ਼ਮ ਇਕੱਠੇ ਹੋਏ, ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਆ। ਇਹਨਾਂ ਨੇ ਅੱਜ ਤੋਂ ਪਹਿਲਾਂ 15 ਦਿਨ ਸਰਦਾਰ ਰੂਪ ਸਿੰਘ, ਡਾਕਟਰ ਰੂਪ ਸਿੰਘ ਨੂੰ ਵੀ ਇਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਸੀ ਪ੍ਰਧਾਨ ਸਾਹਿਬ ਨਾਂ 'ਤੇ। ਅੱਜ ਵੀ ਮੰਗ ਪੱਤਰ ਦੇਣਾ ਚਾਹੁੰਦੇ ਸੀ ਅਕਾਲ ਤਖ਼ਤ ਦੇ ਜਹਿਦਾ ਸਾਹਿਬ ਨੂੰ, ਪਰ ਉਹਨਾਂ ਨੇ ਟਾਈਮ ਨਹੀਂ ਦਿੱਤਾ। ਅਖੀਰ ਇਹਨਾਂ ਨੇ ਸਾਰਿਆਂ ਨੇ ਆਪਣੇ ਮਨ ਬਣਾਇਆ ਕਿ ਅਸੀਂ ਜੇ ਸਾਨੂੰ 13 ਤਰੀਕ ਤੱਕ ਇਹ ਬਹਾਲ ਨਾ ਕੀਤਾ ਗਿਆ ਤਾਂ ਅਸੀਂ ਆਪਣਾ ਧਰਮ ਚੇਂਜ ਕਰ ਦਾਂਗੇ। ਇਸ ਤੱਕ ਵੀ ਗੱਲ ਕਹੀ ਗਈ ਕਿ ਅਸੀਂ ਪੈਸੇ ਦੀ ਖਾਤਰ ਜਾਂ ਤਨਖਾਹਾਂ ਦੀ ਖਾਤਰ ਧਰਮ ਚੇਂਜ ਨਹੀਂ ਕਰਨ ਲੱਗੇ, ਅਸੀਂ ਸਿੱਖ ਕੌਮ ਦੇ ਪਰਿਵਾਰ ਨਾਲ ਜੁੜੇ ਹਾਂ ਅਤੇ ਸਾਡੀ ਹੀ ਸ਼੍ਰੋਮਣੀ ਕਮੇਟੀ ਜੋ ਸਿੱਖ ਕੌਮ ਦੀ ਅਗਵਾਈ ਕਰਦੀ ਆ ਉਹਨਾਂ ਦੀਆਂ ਆਪ ਹੁਦਰੀਆਂ ਅਤੇ ਸਿਸਟਮ ਤੋਂ ਤੰਗ ਹੋ ਕੇ ਅਸੀਂ ਇਹ ਧਰਮ ਪਰਿਵਰਤਨ ਚੇਂਜ ਕਰਨ ਲੱਗੇ ਹਾਂ। ਇਹਦੇ ਨਾਲ ਸਾਡੇ ਨਾਲ ਲੱਖਾਂ ਹੀ ਲੋਕ ਜੁੜੇ ਆ, ਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਸਾਡੇ ਭੈਣ ਭਰਾ ਜੁੜੇ ਆ ਕਿ ਸਾਨੂੰ ਹੀ ਕਿਉਂ ਕੱਢਿਆ ਗਿਆ। ਜੇ ਕੱਢਣਾ ਹੀ ਤਾਂ 1973 ਤੋਂ ਲੈ ਕੇ ਸਾਰੀ ਇੱਕ ਟੀਮ ਇਨਵੈਸਟੀਗੇਸ਼ਨ ਟੀਮ ਬਣਦੀ ਜਿਹਦੇ ਵਿੱਚ ਸਾਰੀ ਇਨਕੁਆਇਰੀ ਹੁੰਦੀ ਤਾਂ ਕਿ ਜੇ ਬੇਨਿਜ਼ਮੀਆਂ ਜਿਨ੍ਹਾਂ ਜਿਨ੍ਹਾਂ ਕੀਤੀਆਂ ਉਹਨਾਂ ਸਾਰਿਆਂ ਨੂੰ ਬਾਹਰ ਕੱਢਦੇ। ਸਾਨੂੰ ਦੁੱਖ ਨਾ ਹੁੰਦਾ ਕਿ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੇ ਬੰਦੇ ਨੂੰ ਕੱਢਿਆ ਗਿਆ। ਦੂਸਰਾ ਪੱਖ, ਜਿਹੜੀਆਂ ਇਹ ਗਾੜੀ ਇਲੈਕਸ਼ਨਾਂ ਆ ਰਹੀਆਂ ਸ਼ਾਹਕੋਟ ਵਾਲੀਆਂ, ਉਹ 'ਚ ਵੀ ਇਹ ਡਟ ਕੇ ਵਿਰੋਧ ਕਰਨਗੇ, 19 ਇਲੈਕਸ਼ਨਾਂ ਵਿੱਚ ਵੀ ਡਟ ਕੇ ਵਿਰੋਧ ਕਰਨਗੇ। ਮੈਂ ਇੱਕ ਗੱਲ ਹੋਰ ਪੁੱਛਣਾ ਪ੍ਰਧਾਨ ਸਾਹਿਬ ਨੂੰ ਕਿ ਪ੍ਰਧਾਨ ਸਾਹਿਬ ਨੇ ਇਸ ਗੱਲ ਦੀਆਂ ਅੱਖਾਂ ਮੀਟੀਆਂ ਹੋਈਆਂ ਕਿ ਬਡੂੰਗਰ ਦੇ ਬੰਦੇ ਹੀ ਕੱਢੇ ਜਾਣ, ਕਿ ਬਾਕੀ ਮੱਕੜ ਸਾਹਿਬ ਦੇ ਵੇਲੇ, ਬੀਬੀ ਜਗੀਰ ਕੌਰ ਦੇ ਵੇਲੇ ਬਾਕੀ ਬੇਨਿਜ਼ਮੀਆਂ ਨਹੀਂ ਹੋਈਆਂ? ਇਸ ਕਰਕੇ ਮੈਂ ਇਹਦੀ ਘੋਰ ਨਿੰਦਾ ਕਰਦਾ। ਜੇ ਬੱਚੇ ਮਜਬੂਰ ਹੋ ਕੇ ਧਰਮ ਪਰਿਵਰਤਨ ਕੀਤਾ ਤਾਂ ਸਾਰਾ ਪੰਜਾਬ ਹਿੱਲ ਜਾਊਗਾ। ਅਸੀਂ ਸਮੂਹ ਲਾ ਕੇ ਵੀ ਇਹਨਾਂ ਦੇ ਖਿਲਾਫ਼, ਸ਼੍ਰੋਮਣੀ ਕਮੇਟੀ ਦੇ ਖਿਲਾਫ਼ ਹੋਵਾਂਗੇ ਵੀ ਜੇ ਇਹਨਾਂ ਬੱਚਿਆਂ ਨੇ ਧਰਮ ਪਰਿਵਰਤਨ ਕੀਤਾ ਤਾਂ ਅਸੀਂ ਇੱਕ ਢਿਡੋਰਾ ਨਹੀਂ ਇੱਕ ਬੜਾ ਵੱਡਾ ਮਿਸ਼ਨ ਛੇੜਾਂਗੇ, ਜਿਹਦੇ ਨਾਲ ਸ਼੍ਰੋਮਣੀ ਕਮੇਟੀ ਨੂੰ, ਜਿਹੜੇ ਇਹਦੇ ਮੇਨ ਪ੍ਰਧਾਨ ਆ ਉਹਨੂੰ ਆਉਣੇ ਗੱਦੀ ਤੋਂ ਲੈ ਕੇ ਅਸਤੀਫਾ ਦੇਵੇ ਕਿ ਤੇਰੇ ਰਾਜ ਵਿੱਚ ਇਹਨਾਂ ਬੱਚਿਆਂ ਨੇ ਧਰਮ ਪਰਿਵਰਤਨ ਚੇਂਜ ਕਰਨ ਦਾ ਮਨ ਕਿਉਂ ਬਣਾਇਆ ਗਿਆ? ਇੱਕ 6,000 ਜਾਂ 8,000 ਤਨਖਾਹ ਲੈਣ ਵਾਲੇ ਬੰਦਿਆਂ ਨੂੰ ਤੁਸੀਂ ਕੱਢਤਾ, ਅਤੇ ਜਿਹੜੇ 40,000 ਲੱਖਾਂ ਰੁਪਈਆ ਤਾਂ ਸ਼੍ਰੋਮਣੀ ਕਮੇਟੀ ਗੋਲਕਾਂ ਨੇ ਹਟਾ ਤਾ, ਉਹਨਾਂ ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ? ਜ਼ਮੀਨਾਂ ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕਰਦੇ? ਸੋ ਮੇਰੀ ਬੇਨਤੀ ਆ ਕਿ ਜੇ 13 ਤੱਕ ਕੋਈ ਹੱਲ ਨਾ ਹੋਇਆ ਤਾਂ ਅਸੀਂ ਬਹੁਤ ਵੱਡੀ ਮੁਹਿੰਮ ਛੇੜਾਂਗੇ, ਸਮੂਹ ਇਲਾਕੇ ਦੇ ਸਕੂਲਾਂ ਨੂੰ, ਸਮੂਹ ਸਿੱਖ ਸੰਸਥਾਵਾਂ ਨੂੰ, ਹੋਰ ਜਥੇਬੰਦੀਆਂ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਦੀ ਵਿਰੋਧਤਾ ਕਰਾਂਗੇ। ਹਾਂਜੀ ਵੀਰ ਜੀ, ਆਪਣਾ ਨਾਮ ਦੱਸੋ। ਮੇਰਾ ਨਾਮ ਰਣਜੀਤ ਸਿੰਘ ਹੈ ਜੀ। ਹਾਂਜੀ, ਮਸਲਾ ਜੀ ਮਸਲਾ ਸਾਡਾ ਜੀ, ਜਿਹੜੇ 523 ਬੰਦੇ ਕੱਢੇ ਗਏ ਆ, ਅਸੀਂ ਮੁੱਖ ਸਕੱਤਰ ਰੂਪ ਸਿੰਘ ਨੂੰ ਮੰਗ ਪੱਤਰ ਦਿੱਤਾ ਸੀ, ਉਹ 'ਤੇ ਕੋਈ ਗੌਰ ਨਹੀਂ ਕੀਤਾ। ਅੱਜ ਅਸੀਂ ਆਸਰ ਦੇ ਜਹਿਦਾਰ ਤੋਂ ਟਾਈਮ ਮੰਗਿਆ ਸੀ, ਉਹਨਾਂ ਨੂੰ ਮੰਗ ਪੱਤਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਸਾਨੂੰ ਟਾਈਮ ਦਿੱਤਾ, ਉਹ ਕਿਸੇ ਸਾਨੂੰ ਟਾਈਮ ਨਹੀਂ ਗਾ ਵੀ। ਅਸੀਂ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਸਿਸਟਮ ਤੋਂ ਅੱਕ ਕੇ ਅੱਜ ਅਸੀਂ ਇਹ ਫੈਸਲਾ ਲਿਆ ਵੀ 13 ਤਰੀਕ ਤੱਕ ਇਹਨਾਂ ਨੂੰ ਅਲਟੀਮੇਟਮ ਦੇ ਦਿੱਤਾਂਗੇ। ਜੇ ਇਹਨਾਂ ਨੇ 13 ਤਰੀਕ ਤੱਕ ਸਾਡੀ ਨਿਯੁਕਤੀ ਭਾਲ ਨਾ ਕੀਤੀ ਤਾਂ ਅਸੀਂ ਸਿੱਖ ਪਰਿਵਰਤਨ ਕਰਾਂਗੇ। ਜਿਹੜਾ ਵੀ ਸੰਸਥਾ ਸਾਡੀ ਬਾਂਹ ਫੜੂਗੀ ਅਸੀਂ ਉਹਦੇ ਨਾਲ ਜਾਵਾਂਗੇ। ਅਸੀਂ ਇਹਨਾਂ ਸਿਸਟਮ ਤੋਂ ਬਹੁਤ ਅੱਕ ਕੇ ਅੱਜ ਇਹ ਫੈਸਲਾ ਕੀਤਾ ਵਾ। ਠੀਕ ਹੈ, ਇਹਨਾਂ ਨੇ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ, ਕੋਈ ਕਾਰਨ ਦੱਸੋ ਨੋਟਿਸ ਨਹੀਂ ਦਿੱਤਾ, ਕੋਈ ਸਾਡੀ ਗਲਤੀ ਨਹੀਂ ਆ। ਇਹਨਾਂ 31 ਨੂੰ ਕਹਿ ਕੇ ਅਤੇ 1 ਨੂੰ ਸਾਨੂੰ ਮੁੜ ਕੇ ਇਹਨਾਂ ਕਿਹਾ ਵੀ ਹਾਰੀ ਤੜ ਲਿਖੇ, ਤੁਸੀਂ ਤੁਹਾਨੂੰ ਪੜ੍ਹਤਾ ਜੀ। ਹਲੋ, ਤੁਸੀਂ SGPC ਤੋਂ ਪਰੇਸ਼ਾਨ ਹੋ ਚੁੱਕੇ ਜੀ ਧਰਮ ਪਰਿਵਰਤਨ? ਅਸੀਂ ਪੂਰੇ ਪਰੇਸ਼ਾਨ ਹੈ ਜੀ, ਅਸੀਂ ਸਾਨੂੰ ਮਹੀਨਾ ਹੋ ਗਿਆ ਜੀ ਪਰੇਸ਼ਾਨ ਹੋਇਆ ਜੀ। ਅਮਨਦੀਪ ਸਿੰਘ ਮੇਰਾ ਨਾਮ ਆ ਜੀ। ਸਿਸਟਮ ਦੇ ਖਿਲਾਫ ਆ ਜਿਹੜਾ ਇਸ ਟਾਈਮ ਜਿਹੜਾ ਸਿਸਟਮ ਆ ਨਾ, ਉਹ ਬਹੁਤ ਗਲਤ ਬੰਦਿਆਂ ਦੇ ਹੱਥਾਂ 'ਚ ਚਲਾ ਗਿਆ ਜੀ।
ਦੇਖੋ ਜੀ, ਇਹਨਾਂ ਨੇ ਕਿਹਾ ਤਾਂ ਕਿ ਬੇਨੀਮੀਆਂ ਭਰਤੀਆਂ ਹੋਈਆਂ, ਜੇ ਬੇਨੀਮੀਆਂ ਭਰਤੀਆਂ ਹੋਈਆਂ ਤਾਂ ਸਾਨੂੰ ਉਹਦਾ ਮਤਾ ਦੱਸਿਆ ਜਾਵੇ, ਕਾਰਨ ਦੱਸਿਆ ਜਾਵੇ ਬੇਨੀਮੀਆਂ ਭਰਤੀਆਂ ਕਿਉਂ ਹੋਈਆਂ, ਇਕੱਲੀਆਂ ਬਡੂੰਗਰ ਸਾਹਿਬ ਦੇ ਟਾਈਮ 'ਤੇ ਕਿਉਂ ਹੋਈਆਂ, ਮੱਕੜ ਸਾਹਿਬ ਦੇ ਟਾਈਮ 'ਤੇ ਕਿਉਂ ਨਹੀਂ ਮੰਨੀਆਂ ਗਈਆਂ, ਉਹ ਬੰਦੇ ਕਿਉਂ ਨਹੀਂ ਕੱਢੇ ਗਏ, ਜਾਂ ਉਸ ਤੋਂ ਪਹਿਲਾਂ ਜਿਹੜੇ 1973 ਦੇ ਹੋਈਏ ਬੰਦੇ ਉਹ ਕਿਉਂ ਨਹੀਂ ਕੱਢੇ ਗਏ। ਬਡੂੰਗਰ ਸਾਹਿਬ ਨੇ ਥੋੜ੍ਹੇ ਦਿਨ ਪਹਿਲਾਂ ਬਿਆਨ ਦਿੱਤਾ ਸੀਗਾ ਕਿ ਦੋ ਰਿਟਾਇਰ ਸਿੱਖ ਜੱਜ ਇਸ ਗੱਲ ਦਾ ਵਿਚਾਰ ਕਰੇ ਜਾਂ ਉਹ ਕੇਸ ਉਹਨਾਂ ਦੇ ਅੱਗੇ ਰੱਖਿਆ ਜਾਵੇ, ਉਹ ਪੁੱਛਣ ਕਰਨ ਕਿ ਭਰਤੀਆਂ ਜਿਹੜੀਆਂ ਨੇ ਬੇਨੀਮੀਆਂ ਨੇ ਜਾਂ ਨਹੀਂ। ਸ਼੍ਰੋਮਣੀ ਕਮੇਟੀ ਨੇ ਹਜੇ ਤੱਕ ਉਹ ਦੋ ਸਿੱਖ ਜੱਜਾਂ ਤੋਂ ਸਾਡਾ ਮੁੱਦਾ ਕਿਉਂ ਨਹੀਂ ਉਹਨਾਂ ਅੱਗੇ ਰੱਖਿਆ, ਉਹਨਾਂ ਸਾਹਮਣੇ ਉਹਨਾਂ ਤੋਂ ਪੈਰਵਾਈ ਕਿਉਂ ਨਹੀਂ ਹੋ ਰਹੀ, ਸਿਰਫ ਸਾਡੇ ਹੀ ਗੱਲ 'ਤੇ ਕਿਉਂ ਤਲਵਾਰ ਚੜਾਈ ਜਾ ਰਹੀ ਆ, ਸਾਨੂੰ ਇਹਦਾ ਕਾਰਨ ਦੱਸਿਆ ਜਾਵੇ। ਤੁਸੀਂ ਧਰਮ ਪਰਿਵਰਤਨ ਕਰੋ ਜੀ ਜੇ ਤੁਹਾਡੀਆਂ ਨਹੀਂ ਮੰਨੀਆਂ ਜਾਂਦੀਆਂ ਜੀ? ਬਿਲਕੁਲ ਜੀ, ਅਸੀਂ ਮਜਬੂਰ ਹੋ ਕੇ ਧਰਮ ਪਰਿਵਰਤਨ ਕਰਾਂਗੇ, ਜਿਹੜਾ ਧਰਮ ਸਾਡੀ ਬਾਂਹ ਫੜੂਗਾ ਅਸੀਂ ਉਹਦੇ ਵੱਲ ਜਾਵਾਂਗੇ। ਇਹ ਅਸੀਂ ਹੁਣ ਸ਼੍ਰੋਮਣੀ ਕਮੇਟੀ ਤੋਂ ਅੱਕ ਕੇ ਫੈਸਲਾ ਲਿਆ ਜੀ, ਦੁਖੀ ਹਿਰਦਿਆਂ ਨਾਲ ਫੈਸਲਾ ਲਿਆ, ਸਾਡੀ ਰੋਜ਼ੀ ਰੋਟੀ ਦਾ ਸਾਧਨ ਇਹਨਾਂ ਨੇ ਖੋਲਿਆ ਜੀ। ਗੁਰੂ ਰਾਮਦਾਸ ਦੀ ਨਗਰੀ ਵਿੱਚ ਗੁਰਦੁਆਰੇ ਵਿੱਚ ਸੇਵਾ ਕਰਦੇ ਸੀ, ਨਾਲੇ ਹਾਜ਼ਰੀ ਭਰਦੇ ਸੀ, ਇਹਨਾਂ ਨੇ ਤਾਂ ਸਾਨੂੰ ਸਿੱਖ ਧਰਮ ਤੋਂ ਹੀ ਤੋੜਤਾ। ਇਹ ਗੱਲ ਕਰਦੇ ਨੇ ਕਿ ਅਸੀਂ ਸਿੱਖ ਧਰਮ ਦੀ ਲਹਿਰ ਮਜ਼ਬੂਤ ਕਰਾਂਗੇ, ਲੌਂਗੋਵਾਲ ਪ੍ਰਧਾਨ ਸਾਹਿਬ ਨੇ ਕਿਹਾ ਸੀ ਥੋੜ੍ਹੇ ਦਿਨ ਪਹਿਲਾਂ ਹਰ ਘਰ ਇੱਕ, ਹਰ ਪਿੰਡ ਇੱਕ ਗੁਰਦੁਆਰਾ, ਪਰ ਸਿੱਖਾਂ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੋੜਿਆ ਜਾਊਗਾ, ਪਰ ਜਿਹੜੇ ਸਿੱਖ ਧਰਮ ਦੇ ਵਿੱਚ ਪਹਿਲਾਂ ਹੀ ਮੌਜੂਦ ਨੇ ਉਹਨਾਂ ਨੂੰ ਕਿਉਂ ਕੱਢਿਆ ਜਾ ਰਿਹਾ, ਇਹਦਾ ਸਾਨੂੰ ਕਾਰਨ ਦੱਸਿਆ ਜਾਵੇ।